ਸਿਆਣੇ ਕਹਿੰਦੇ ਨੇ ਪਿਆਰ ਹੈ ਨਾ ਜਿਹੜਾ ਉਹ ਕਰਨਾ ਬਹੁਤ ਸੌਖਾ ਹੈ ਪਰ ਨਿਭਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ। ਕਿੰਨੇ ਪਾਪੜ ਵੇਲਣੇ ਪੈਂਦੇ ਨੇ, ਪਹਿਲਾਂ ਕੁੜੀ ਜਾਂ ਮੁੰਡੇ ਨੂੰ ਮਨਾਓ, ਫਿਰ ਘਰਦਿਆਂ ਨੂੰ ਮਨਾਓ। ਕਈਆਂ ਦੇ ਤਾਂ ਪਿਆਰ ਸਿਰੇ ਚੜ੍ਹ ਜਾਂਦੇ ਨੇ ਪਰ ਕਈ ਵਿਚਾਰੇ ਸੈਡ ਸੌਂਗ ਦੀਆਂ ਰੀਲਾਂ ਕਿਸਾਉਂਦੇ ਰਹਿ ਜਾਂਦੇ ਨੇ। ਕਹਿੰਦੇ ਆ ਵੀ ਜਿਨ੍ਹਾਂ ਦਾ ਪਿਆਰ ਪ੍ਰਬੰਧ ਚੜ੍ਹ ਗਿਆ ਨਾ ਇਹ ਨਾ ਸੋਚਿਓ ਵੀ ਉਹ ਬਹੁਤ ਖੁਸ਼ ਹੁੰਦੇ ਨੇ। ਕਹਿੰਦੇ ਭਾਵੇਂ ਅਰੇਂਜ ਮੈਰਿਜ ਹੋਵੇ ਜਾਂ ਫਿਰ ਲਵ ਮੈਰਿਜ, ਵਿਆਹ ਬੰਦੇ ਦਾ ਦੁਖੀ ਹੋਰ ਹੁੰਦਾ। ਵਿਆਹ ਤੋਂ ਪਹਿਲਾਂ ਇਹਨਾਂ ਨੂੰ ਪਿਆਰ 'ਚ ਨੀਂਦ ਨਹੀਂ ਆਉਂਦੀ ਤੇ ਵਿਆਹ ਤੋਂ ਬਾਅਦ ਘਰ ਵਾਲੀ ਨੀਂਦ ਆਉਣ ਨਹੀਂ ਦਿੰਦੀ। ਉਹ ਜੀ ਲੱਗਣੋਂ ਹਟਾ ਗਈ ਜੱਟ ਦਾ ਕੀ ਮੰਤਰ ਮਾਰ ਗਈ ਤੂੰ। ਲੋਕੀ ਤਾਂ ਐਵੇਂ ਕਹਿੰਦੇ ਨੇ ਛੜਿਆਂ ਦੀ ਜੂਨ ਬੁਰੀ, ਵਿਆਹ ਨੂੰ ਪੁੱਛ ਕੇ ਦੇਖ ਲਓ, ਸਲਾਹ ਇੱਕੋ ਮਿਲੂ ਵੀ ਕਦੇ ਵਿਆਹ ਨਾ ਕਰਾਇਓ। ਕਿਉਂਕਿ ਘਰ ਵਾਲੀ ਨੂੰ ਖੁਸ਼ ਰੱਖਣ ਲਈ ਮੁੰਡਿਆਂ ਨੂੰ ਉਹਨਾਂ ਦੇ ਕਹੇ ਕੰਮ ਤੱਕ ਕਰਨੇ ਹੀ ਪੈਂਦੇ ਨੇ, ਭਾਵੇਂ ਘਰ ਦੇ ਕੰਮ ਹੋਣ ਸਫਾਈ ਵਗੈਰਾ ਜਾਂ ਫਿਰ ਉਹਨਾਂ ਨੂੰ ਘੁਮਾਉਣਾ ਫਿਰਾਉਣਾ ਯਾਨੀ ਬਾਹਰ ਦੇ ਕੰਮ। ਫੇਰ ਦੁਨੀਆ ਇਹਨਾਂ ਨੂੰ ਕਹਿੰਦੀ ਹੈ ਜੋਰੂ ਦਾ ਗੁਲਾਮ ਜਾਂ ਫਿਰ ਨੌਕਰ ਵੋਟੀ ਦਾ। ਉਹ ਸਾਰਾ ਜੱਗ ਕਹੋਂਦਾ ਨੌਕਰ ਵੋਟੀ ਦਾ, ਵੋਟੀ ਦਾ ਨੌਕਰ ਵੋਟੀ ਦਾ। ਇਸੇ ਰਿਸ਼ਤੇ ਨੂੰ ਤੇ ਵਿਆਹ ਦੀ ਜੂਨ ਨੂੰ ਦਿਖਾਉਣ ਜਾ ਰਹੀ ਹੈ ਅਪਕਮਿੰਗ ਪੰਜਾਬੀ ਫਿਲਮ ਨੌਕਰ ਵੋਟੀ ਦਾ। ਤੁਸੀਂ ਨਹੀਂ ਮੰਨਦੇ ਨਾ ਵੀ ਬੰਦੇ ਘਰ ਵਾਲੀਆਂ ਤੋਂ ਡਰਦੇ ਹੁੰਦੇ ਨੇ, ਫਿਰ ਆਹ ਦੇਖੋ ਵੀ ਘਰ ਵਾਲੀ ਦਾ ਖੌਫ ਕੀ ਹੁੰਦਾ। ਕਦੀ ਹੱਸ ਕੇ ਮੇਰੇ ਨਾਲ ਗੱਲ ਕੀਤੀ ਹੈ? ਹੱਸਣਾ ਸਵਾ ਹੈ, ਜਿੰਨਾ ਖੌਫ ਹੈ ਨਾ ਇਹਦਾ, ਘਰੇ ਆਉਣ ਤੋਂ ਪਹਿਲਾਂ ਪਿਛਲੇ ਮੋੜ ਤੋਂ ਮੰਤਰ ਸ਼ੁਰੂ ਕਰ ਦਿੰਦਾ ਮੈਂ। ਆਹ ਤੂੰ ਜਲਾਲ ਤੂੰ ਆਈ ਬਲਾਕ ਉਠਾ। ਜਿਵੇਂ ਕਿ ਤੁਸੀਂ ਵੇਖਿਆ ਕਿ ਫਿਲਮ 'ਚ ਮੇਨ ਲੀਡ ਤੇ ਨਜ਼ਰ ਆਉਣਗੇ ਬਿੰਨੂ ਢਿੱਲੋਂ ਤੇ ਕੁਲਰਾਜ ਰੰਧਾਵਾ। ਕਈ ਵਾਰ ਅਸੀਂ ਲੜਾਈ ਤੇ ਆਪਣੀ ਈਗੋ ਨੂੰ ਇੰਨੀ ਤਵੱਜੋ ਦੇ ਦਿੰਦੇ ਹਾਂ ਕਿ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਆਸ ਪਾਸ ਵਾਲੇ ਜਿਹੜੇ ਲੋਕ ਨੇ ਉਹਨਾਂ 'ਤੇ ਇਸ ਚੀਜ਼ ਦਾ ਕਿੰਨਾ ਇਫੈਕਟ ਹੁੰਦਾ। ਜਿਵੇਂ ਕਿ ਫਿਲਮ ਦਾ ਟ੍ਰੇਲਰ ਦੇਖ ਕੇ ਸਟੋਰੀ ਦਾ ਪਤਾ ਲੱਗਦਾ ਹੈ ਕਿ ਬਿੰਨੂ ਤੇ ਕੁਲਰਾਜ ਯਾਨੀ ਕਿ ਸ਼ਵਿੰਦਰ ਤੇ ਨੀਤੂ ਆਪਣੀ ਪਰਸਨਲ ਪ੍ਰੋਬਲਮਸ ਕਰਕੇ ਪਰੇਸ਼ਾਨ ਹੁੰਦੇ ਨੇ ਤੇ ਲੜਦੇ ਰਹਿੰਦੇ ਨੇ, ਜਿਸ ਦਾ ਅਸਰ ਉਹਨਾਂ ਦੀ ਡਾਟਰ ਤੇ ਪੈਂਦਾ ਤੇ ਉਹ ਡਿਸਾਈਡ ਕਰਦੀ ਹੈ ਕਿ ਆਪਣੇ ਪੇਰੈਂਟਸ ਨੂੰ ਇੱਕ ਇੱਕ ਕਰਕੇ ਰਹੇਗੀ। ਤੁਸੀਂ ਮੈਨੂੰ ਆਪਣੀ ਸਾਰੀ ਪ੍ਰੋਬਲਮਸ ਦੱਸੋਗੇ ਤੇ ਆਪਾਂ ਨਾਲ ਬਹਿ ਕੇ ਸੋਲਵ ਕਰਾਂਗੇ। ਚਲੋ ਹੁਣ ਇੱਕ ਇੱਕ ਕਰਕੇ ਆਪਣੀ ਪ੍ਰੋਬਲਮਸ ਦੱਸੋ। ਸਟੋਰੀ 'ਚ ਨਾਲ ਫਾਦਰ ਤੇ ਡਾਟਰ ਦਾ ਪਿਆਰ ਵੀ ਦਿਖਾਇਆ ਗਿਆ ਕਿ ਕਿਵੇਂ ਜਦੋਂ ਨੀਤੂ ਸ਼ਵਿੰਦਰ ਨੂੰ ਛੱਡ ਕੇ ਆਪਣੀ ਡਾਟਰ ਨੂੰ ਨਾਲ ਲੈ ਜਾਂਦੀ ਹੈ ਤੇ ਸ਼ਵਿੰਦਰ ਨੀਤੂ ਦੇ ਘਰ ਡਰਾਈਵਰ ਬਣ ਕੇ ਰਹਿੰਦਾ ਤਾਂ ਕਿ ਆਪਣੀ ਡਾਟਰ ਨੂੰ ਮਿਲ ਸਕੇ। ਦੱਸ ਦਈਏ ਕਿ ਇਹਨਾਂ ਤੋਂ ਇਲਾਵਾ ਫਿਲਮ 'ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਤੇ ਉਪਾਸਨਾ ਸਿੰਘ ਵੀ ਖਾਸ ਰੋਲ ਪਲੇ ਕਰਦੇ ਨਜ਼ਰ ਆਉਣਗੇ। ਫਿਲਮ ਵਿੱਚ ਕੁਲਰਾਜ ਰੰਧਾਵਾ ਦਾ ਉਹ ਅਵਤਾਰ ਦੇਖਣ ਲਈ ਮਿਲੇਗਾ ਜੋ ਤੁਸੀਂ ਪਹਿਲਾਂ ਕਦੀ ਨਹੀਂ ਵੇਖਿਆ ਹੋਵੇਗਾ। ਨਾਲ ਹੀ ਕੁਲਰਾਜ ਰੰਧਾਵਾ ਲੰਬੇ ਗੈਪ ਤੋਂ ਬਾਅਦ ਪੰਜਾਬੀ ਫਿਲਮਾਂ ਵਿੱਚ ਵਾਪਸੀ ਕਰ ਰਹੇ ਨੇ ਤਾਂ ਉਹਨਾਂ ਨੂੰ ਫਿਲਮ 'ਚ ਦੇਖਣਾ ਕਾਫੀ ਦਿਲਚਸਪ ਹੋਣ ਵਾਲਾ ਹੈ। ਗੱਲ ਕਰੀਏ ਬਿੰਨੂ ਢਿੱਲੋਂ ਦੀ ਤਾਂ ਉਹ ਤਾਂ ਕਾਮੇਡੀ ਕਿੰਗ ਹੈ ਹੀ, ਜਿਨ੍ਹਾਂ ਦੀ ਡਿਮਾਂਡ ਦਿਨੋਂ ਦਿਨ ਵੱਧਦੀ ਜਾਂਦੀ ਹੈ ਕਿਉਂਕਿ ਆਡੀਅੰਸ ਨੂੰ ਹੱਸਾਉਣ ਦਾ ਉਹ ਕੋਈ ਮੌਕਾ ਨਹੀਂ ਛੱਡਦੇ। ਫਿਲਮ 'ਚ ਚਾਈਲਡ ਆਰਟਿਸਟ ਦੀ ਗੱਲ ਕਰੀਏ ਤਾਂ ਟ੍ਰੇਲਰ 'ਚ ਉਹਨਾਂ ਦੀ ਇੱਕ ਛੋਟੀ ਜਿਹੀ ਝਲਕ ਦੇਖ ਕੇ ਹੀ ਆਡੀਅੰਸ ਨੂੰ ਉਹਨਾਂ ਦੇ ਨਾਲ ਪਿਆਰ ਹੋ ਗਿਆ ਤੇ ਸਾਰੇ ਵੇਟ ਕਰ ਰਹੇ ਨੇ ਕਿ ਜਲਦੀ ਜਲਦੀ ਫਿਲਮ ਰਿਲੀਜ਼ ਹੋਵੇ। ਦੱਸ ਦਈਏ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਕਾਮਿਕ ਫਿਲਮਾਂ ਦੀ ਡਾਇਰੈਕਸ਼ਨ ਦੇ ਮਾਹਿਰ ਸਮੀਪ ਕੰਗ। ਪੂਰਾ ਕੰਜਰ ਆ ਕੰਜਰ, ਤੁਸੀਂ ਮੇਰੇ ਮੂੰਹ ਤੇ ਗੱਲ ਕਰ ਰਹੇ ਹੋ? ਮੈਨੂੰ ਭਾਜੀ ਕਹਿਣ ਦਾ ਇੰਨਾ ਹੀ ਸ਼ੌਕ ਆ ਨਾ, ਫਿਰ ਸਿਮਰਨ ਨੂੰ ਦੀਦੀ ਕਹਿਣ ਦੀ ਲੋੜ ਨਹੀਂ, ਤਾਂ ਹੋਰ ਹੀ ਰਿਸ਼ਤਿਆਂ ਦੀ ਮਿਕਸ ਵਿੱਚ ਬਣਾ ਕੇ ਧਰ ਦਿੰਦਾ। ਤੇ ਇਸ ਹਾਰਟ ਟਚਿੰਗ ਸਟੋਰੀ ਨੂੰ ਲਿਖਿਆ ਹੈ ਵੈਭਵ ਤੇ ਸ਼੍ਰੇਆ ਨੇ। ਰੰਗਰੇਜ਼ਾ ਫਿਲਮ ਦੀ ਪ੍ਰੋਡਕਸ਼ਨ ਨਾਲ ਫਿਲਮ ਦੇ ਡਿਸਟ੍ਰੀਬਿਊਟਰ ਨੇ ਓਮ ਜੀ ਗਰੁੱਪਸ ਤੇ ਟੀ ਸੀਰੀਜ਼ ਦੇ ਲੇਬਲ ਹੇਠ 23 ਅਗਸਤ ਨੂੰ ਇਹ ਫਿਲਮ ਰਿਲੀਜ਼ ਕੀਤੀ ਜਾਵੇਗੀ। ਹਾਂਜੀ, ਕਿਤੇ ਤੁਸੀਂ ਵੀ ਵੋਟੀ ਦੇ ਨੌਕਰ ਤਾਂ ਨਹੀਂ? ਜੇ ਨਹੀਂ ਤਾਂ ਠੀਕ ਹੈ, ਪਰ ਜੇ ਹੋ ਤਾਂ ਕੰਮ ਛੇਤੀ ਛੇਤੀ ਨਿਪਟਾ ਲਓ, ਕਿਤੇ ਘਰ ਲੜਾਈ ਨਾ ਪਵਾ ਲਿਓ। ਮੁੜ ਕੇ ਮਿੰਨਤਾਂ ਕਰਨੀਆਂ ਕੋਈ ਸੌਖੀ ਤਾਂ ਨਹੀਂ।